ਅੱਜ ਅਸੀਂ ਪਹੁੰਚ ਰਹੇ ਹਾਂ ਜੀ ਪਿੰਡ ਅਲੀਸ਼ਹਿਰ। ਅਲੀਸ਼ਹਿਰ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਸੁਸ਼ੋਭਿਤ ਨੇ। ਪਿੰਡ ਦੇ ਬਾਹਰ ਬਾਹਰ ਇਸ ਅਸਥਾਨ ਦਾ ਨਿਰਮਾਣ ਹੋ ਰਿਹਾ ਜੀ। ਇੱਥੇ ਇੱਕ ਵਣ ਦਾ ਝਾੜ ਵੀ ਮੌਜੂਦ ਹੈ ਜਿਹਨੂੰ ਆਪਾਂ ਰੁੱਖ ਵੀ ਕਹਿ ਦਿੰਦੇ ਹਾਂ। ਇਸ ਦੀ ਅਸੀਂ ਜਾਣਕਾਰੀ ਦੇ ਦਈਏ, ਵਣ ਵਿਭਾਗ ਇਸੇ ਰੁੱਖ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 12 ਮਾਹਾਂ ਤੁਖਾਰੀ ਵਿੱਚ ਵੀ ਇਹਦਾ ਜ਼ਿਕਰ ਮਿਲਦਾ ਹੈ। ਬਨ ਫੁੱਲੇ ਮੰਝ ਬਾਰ ਮੈਂ ਪਿਰ ਘਰ ਬਹੁੜੇ। ਇਸ ਰੁੱਖ ਨੂੰ ਪੀਲਾ ਨਾਮ ਦੇ ਫਲ ਲੱਗਦੇ ਹਨ। ਉੱਥੇ ਹੀ ਇਸ ਵਣ ਦੇ ਰੁੱਖ ਦੀ ਇੱਕ ਗੱਲ ਹੋਰ ਸਾਹਮਣੇ ਆਉਂਦੀ ਹੈ ਕਿ ਜਿਹੜੀ ਇਹਦੀ ਮੈਡੀਸਨ ਵੈਲਿਊ ਹੈ, ਅਗਰ ਇਹਦੀ ਮੈਡੀਸਨ ਵੈਲਿਊ ਨੂੰ ਦੇਖਿਆ ਜਾਵੇ ਤਾਂ ਇਹ ਪੇਟ ਦੇ ਅੰਦਰ ਦੀ ਸੋਜ ਨੂੰ ਖਤਮ ਕਰ ਦਿੰਦਾ ਹੈ। ਦੂਜੇ ਨੰਬਰ 'ਤੇ ਇਹਦੇ ਕੀਤੀ ਹੋਈ ਦਾਤਣ ਮਸੂੜਿਆਂ ਦੀ ਸੋਜ ਨੂੰ ਖਤਮ ਕਰ ਦਿੰਦੀ ਹੈ। ਅਤੇ ਨਾਲੇ ਪੰਜਾਬ ਦੀ ਇੱਕ ਕਹਾਵਤ ਹੈ ਜਿਹੜੀ ਇਸ ਰੁੱਖ ਨਾਲ ਜੁੜੀ ਹੋਈ ਹੈ ਕਿ ਤੇਰੇ ਕੀ ਹੁਣ ਵਣ ਵਧਣਗੇ। ਭਾਵ ਜਿਹੜਾ ਵਣ ਦਾ ਰੁੱਖ ਹੈ ਉਹ ਉੱਪਰ ਨੂੰ ਨਹੀਂ ਵੱਧਦਾ, ਥੱਲੇ ਹੀ ਝੁਕਿਆ ਰਹਿੰਦਾ ਹੈ। ਇਸੇ ਵਣ ਦੇ ਰੁੱਖ ਨੂੰ ਪੰਜਾਬੀ ਸੱਭਿਆਚਾਰ ਵਿੱਚ ਗਾਇਆ ਵੀ ਜਾਂਦਾ ਹੈ, ਨਾਲੇ ਮਾਲਵੇ ਦਾ ਇਹ ਮਿੱਠਾ ਮੇਵਾ ਵੀ ਮੰਨਿਆ ਜਾਂਦਾ ਹੈ। ਇੱਕ ਗੱਲ ਹੋਰ, ਗੁਰੂ ਸਾਹਿਬ ਜੀ ਨਾਲ ਘੋੜੇ ਅਤੇ ਊਠ ਹੁੰਦੇ ਸਨ। ਜੇ ਤੁਸੀਂ ਵਣ ਦੀ ਗੱਲ ਕਰੋਗੇ ਤਾਂ ਇਹਨਾਂ ਦੇ ਪੱਤਿਆਂ ਨੂੰ ਜੇਕਰ ਊਠ ਨੂੰ ਖਵਾ ਦਿੱਤੇ ਜਾਣ ਤਾਂ ਉਹਨਾਂ ਨੂੰ ਅਨੇਕਾਂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ, ਕਿਉਂਕਿ ਇਹਦੇ ਵਿੱਚ ਸੋਡੀਅਮ ਬਾਈਕਾਰਬੋਨੇਟ, ਕੈਲਸ਼ੀਅਮ ਆਕਸਾਈਡ, ਸੋਡੀਅਮ ਕਲੋਰਾਈਡ ਅਤੇ ਹੋਰ ਕਈ ਤਰ੍ਹਾਂ ਦੇ ਤੱਤ ਵੀ ਪਾਏ ਜਾਂਦੇ ਨੇ। ਅਗਰ ਇਹਨਾਂ ਪੱਤਿਆਂ ਨੂੰ ਘੋੜਿਆਂ ਨੂੰ ਖਵਾ ਦਿੱਤਾ ਜਾਵੇ ਤਾਂ ਉਹਨਾਂ ਦੀ ਪਾਚਣ ਸ਼ਕਤੀ ਵੀ ਮਜ਼ਬੂਤ ਹੁੰਦੀ ਹੈ। ਅਗਰ ਇਹਨਾਂ ਦੇ ਪੱਤਿਆਂ ਦੀ ਟਕੋਰ ਕੀਤੀ ਜਾਵੇ ਤਾਂ ਜ਼ਖਮਾਂ ਨੂੰ ਵੀ ਰਾਜ਼ੀ ਕੀਤਾ ਜਾ ਸਕਦਾ ਹੈ। ਇਸ ਦੀ ਜਾਣਕਾਰੀ ਦੇਣੀ ਤਾਂ ਜ਼ਰੂਰੀ ਸੀ ਕਿਉਂਕਿ ਲੋਕ ਇਹਨੂੰ ਮਨਮੱਤੀਆਂ ਕਾਰਨ ਪੂਜਣਾ ਸ਼ੁਰੂ ਕੀਤਾ ਹੋਇਆ। ਪਰ ਇਸ ਰੁੱਖ ਦੀ ਸੰਭਾਲ ਤਾਂ ਕੀਤੀ ਜਾਂਦੀ ਸੀ ਕਿ ਇਹਦੀ ਮੈਡੀਸਨ ਵੈਲਿਊ ਬਹੁਤ ਸੀ, ਪਰ ਹੁਣ ਇਹ ਹੌਲੀ ਹੌਲੀ ਪੰਜਾਬ ਦੇ ਵਿੱਚੋਂ ਅਲੋਪ ਹੁੰਦਾ ਜਾ ਰਿਹਾ ਹੈ। ਪਰ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਤਿਹਾਸਕ ਸਰੋਤਾਂ ਦੀ ਗੱਲ ਕਰੀਏ ਤਾਂ ਜਿੰਨੇ ਵੀ ਰੁੱਖ, ਪੇੜ, ਦਰਖਤ ਆਉਣਗੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਤੱਥਾਂ ਨੂੰ ਵੀ ਅਸੀਂ ਉਜਾਗਰ ਕਰਦੇ ਜਾਵਾਂਗੇ। ਇਹਨਾਂ ਤੱਥਾਂ ਦੀ ਗੱਲ ਤਾਂ ਕੀਤੀ ਹੈ ਕਿ ਪੰਜਾਬ ਤੋਂ ਬਾਹਰ ਵੱਸਦੇ ਜਾਂ ਭਾਰਤ ਤੋਂ ਬਾਹਰ ਵੱਸਦੇ ਬੱਚਿਆਂ ਨੂੰ ਵੀ ਇਹਨਾਂ ਰੁੱਖਾਂ ਦੀ ਜਾਣਕਾਰੀ ਹੋ ਸਕੇ। ਸੋ ਇਸੇ ਰੁੱਖ ਦੇ ਨਾਲ ਦੱਸਿਆ ਜਾਂਦਾ ਕਿ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਸ ਜਗ੍ਹਾ 'ਤੇ ਆ ਕੇ ਬੈਠੇ ਸਨ ਅਤੇ ਘੋੜੇ ਵੀ ਬੰਨੇ ਸਨ, ਕਿਉਂਕਿ ਦੂਰ ਦੂਰ ਤੱਕ ਛਾਂ ਨਹੀਂ ਹੁੰਦੀ ਸੀ। ਇਹਦੀ ਛਾਂ ਦੇ ਹੇਠ ਬੈਠ ਕੇ ਗੁਰੂ ਸਾਹਿਬ ਜੀ ਅਗਲੀ ਜਗ੍ਹਾ 'ਤੇ ਜਾਂਦੇ ਨੇ ਜੀ। ਸੋ ਇਸੇ ਅਸਥਾਨ ਦੇ ਉੱਤੇ ਜਿੱਥੇ ਕਿ ਵਣ ਦਾ ਰੁੱਖ ਮੌਜੂਦ ਹੈ ਅਤੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਕੰਸਟਰਕਸ਼ਨ ਵੀ ਹੋ ਰਹੀ ਹੈ। ਇਸ ਜਗ੍ਹਾ 'ਤੇ ਗੁਰੂ ਸਾਹਿਬ ਜੀ ਜਦੋਂ ਆਏ ਸੀ, ਇਸ ਤੋਂ ਪਹਿਲਾਂ ਗੁਰੂ ਸਾਹਿਬ ਜੀ ਉੱਚੇ ਟਿੱਬੇ 'ਤੇ ਬੈਠੇ ਸੀ, ਉੱਥੇ ਆਪ ਜੀ ਨੂੰ ਲੈ ਕੇ ਚੱਲਦੇ ਹਾਂ। ਇੱਥੇ ਵੀ ਗੁਰਦੁਆਰਾ ਸਾਹਿਬ ਮੌਜੂਦ ਹੈ ਅਤੇ ਇੱਥੇ ਇੱਕ ਕਰੀਰ ਦਾ ਰੁੱਖ ਵੀ ਮੌਜੂਦ ਹੈ ਜਿਹੜਾ ਆਪ ਜੀ ਕਰੀਰ ਦੇ ਰੁੱਖ ਦੇ ਦਰਸ਼ਨ ਕਰ ਰਹੇ ਹੋ। ਇਹ ਰੁੱਖ ਵੀ ਖੁਸ਼ਕ ਇਲਾਕਿਆਂ ਵਿੱਚ ਪਾਇਆ ਜਾਂਦਾ ਹੈ, ਸਿੱਖ ਇਤਿਹਾਸ ਨਾਲ ਕਾਫ਼ੀ ਨੇੜੇ ਦਾ ਸੰਬੰਧ ਰਿਹਾ। ਸੋ ਇਹ ਕਰੀਰ ਦਾ ਰੁੱਖ ਖੁਸ਼ਕ ਇਲਾਕਿਆਂ ਵਿੱਚ ਪਾਇਆ ਜਾਂਦਾ ਹੈ। ਇਹ ਰੁੱਖ ਦਾ ਸਿੱਖ ਇਤਿਹਾਸ ਨਾਲ ਕਾਫ਼ੀ ਨੇੜੇ ਤੋਂ ਸੰਬੰਧ ਰਿਹਾ, ਜੋ ਆਪਾਂ ਅਗਲੀ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ। ਇਹਦੀ ਲੱਕੜ ਨੂੰ ਕਦੇ ਵੀ ਸਿਉਂਖ ਨਹੀਂ ਲੱਗਦੀ। ਜੜ੍ਹਾਂ ਤੋਂ ਬੁਖਾਰ ਅਤੇ ਗਠੀਏ ਦੇ ਰੋਗ ਠੀਕ ਕੀਤੇ ਜਾਂਦੇ ਨੇ। ਇਹਦੇ ਪੱਤੇ ਨਹੀਂ ਹੁੰਦੇ, ਕੇਵਲ ਕੰਡੇ ਹੀ ਹੁੰਦੇ ਨੇ। ਲੱਗਣ ਵਾਲੇ ਫਲਾਂ ਨੂੰ ਡੇਲੇ ਕਿਹਾ ਜਾਂਦਾ, ਜਿਨ੍ਹਾਂ ਦਾ ਅਚਾਰ ਪੰਜਾਬ ਵਿੱਚ ਆਮ ਖਾਧਾ ਜਾਂਦਾ ਹੈ। ਸੋ ਗੁਰੂ ਜੀ ਵੇਲੇ ਦਾ ਇਹ ਕਰੀਰ ਅੱਜ ਵੀ ਪਿੰਡ ਅਲੀਸ਼ਹਿਰ ਵਿੱਚ ਮੌਜੂਦ ਹੈ ਅਤੇ ਹੋਰ ਕਈ ਗੁਰਧਾਮਾਂ ਅੰਦਰ ਇਹ ਰੁੱਖ ਮੌਜੂਦ ਹਨ। ਸੋ ਇਸੇ ਤਰੀਕੇ ਦੇ ਨਾਲ ਜਿੱਥੇ ਜਿੱਥੇ ਗੁਰੂ ਸਾਹਿਬ ਜੀ ਦੇ ਚਰਨ ਪਏ, ਉਹਨਾਂ ਨਿਸ਼ਾਨੀਆਂ ਨੂੰ, ਉਹਨਾਂ ਰੁੱਖਾਂ ਨੂੰ, ਉਹਨਾਂ ਦਰਖਤਾਂ ਨੂੰ, ਉਹਨਾਂ ਦੇ ਅੱਜ ਕੀ ਅਵਸ਼ੇਕ ਬਚੇ ਨੇ ਉਹ ਆਪ ਜੀ ਨਾਲ ਸਾਂਝ ਪਾਉਂਦੇ ਰਹਾਂਗੇ ਜੀ। ਉਹ ਇਤਿਹਾਸਕ ਤੱਥਾਂ ਦੀ, ਜਿੰਨੇ ਇਤਿਹਾਸਕ ਤੱਥਾਂ ਨੂੰ ਅਸੀਂ ਆਪਣੇ ਤੋਂ ਦੂਰ ਕਰੀ ਬੈਠੇ ਹਾਂ। ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।